ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਵੇਰੇ ਅਤੇ ਰਾਤ ਨੂੰ ਪਾਰਾਂ ਟਿਕਣ ਕਾਰਨ ਠੰਡ ਹੋਰ ਵਧੀ ਹੈ। ਇਸ ਦੇ ਨਾਲ ਹੀ ਦੁਪਹਿਰ ਦਾ ਤਾਪਮਾਨ ਹਜੇ ਵੀ ਆਮ ਨਾਲੋਂ ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਔਸਤ ਤਾਪਮਾਨ 0.5 ਡਿਗਰੀ ਅਤੇ ਚੰਡੀਗੜ੍ਹ ਦਾ ਤਾਪਮਾਨ 0.1 ਡਿਗਰੀ ਹੇਠਾਂ ਆਇਆ ਹੈ। ਉਧਰ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਆਂਕੜੇ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ। ਇਸ ਦੇ ਨਾਲ ਚੰਡੀਗੜ੍ਹ ਦਾ ਤਾਪਮਾਨ 33.1 ਡਿਗਰੀ 'ਤੇ ਬਰਕਰਾਰ ਹੈ, ਜੋ ਕਿ ਆਮ ਨਾਲੋਂ 1.8 ਡਿਗਰੀ ਵੱਧ ਹੈ। ਇਸੇ ਤਰ੍ਹਾਂ ਬਠਿੰਡਾ ਦਾ ਤਾਪਮਾਨ ਵੀ 36.3 ਡਿਗਰੀ, ਪਟਿਆਲਾ ਦਾ ਤਾਪਮਾਨ 35.3 ਡਿਗਰੀ, ਲੁਧਿਆਣਾ ਵਿੱਚ ਵੀ 35.4 ਡਿਗਰੀ, ਉੱਥੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਦਰਜ ਕੀਤਾ ਗਿਆ ਹੈ। IMD ਮੁਤਾਬਕ ਅਗਲੇ 1 ਹਫ਼ਤੇ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਦਾ ਮਾਹੌਲ ਖੁਸ਼ਕ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 4 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚ ਗੁਰਦੀਪ ਸਿੰਘ ਰੰਧਾਵਾ, ਇਸਾਨ ਚੱਬੇਵਾਲ, ਹਰਦੀਪ ਸਿੰਘ ਡਿੰਪੀ ਢਿੱਲੋਂ, ਹਰਿੰਦਰ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਉਹ ਹਲਕਾ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਹਨ। ਉਮੀਦਵਾਰਾਂ ਦੀ ਸੂਚੀ ਮੁਤਾਬਕ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਪਹਿਲਾਂ ਅਕਾਲੀ ਦਲ ਵਿੱਚ ਸਨ ਅਤੇ ਸੁਖਬੀਰ ਬਾਦਲ ਦੇ ਕਰੀਬੀ ਸਾਥੀਆਂ ਵਜੋਂ ਇੱਕ ਸਨ। ਹਾਲਾਂਕਿ ਇਸ ਵਾਰ ਜ਼ਿਮਨੀ ਚੋਣਾਂ 'ਚ ਟਿਕਟ ਨਾ ਮਿਲਣ ਦੀ ਸੰਭਾਵਨਾ ਦੇਖਦੇ ਹੋਏ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੇ ਲਈ ਇਸ਼ਾਨ ਚੱਬੇਵਾਲ ਨੂੰ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ਼ਾਨ ਦੇ ਪਿਤਾ ਡਾਕਟਰ ਰਾਜ ਕੁਮਾਰ ਮੇਰਕਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਪ ਦੇ ਸੰਸਦ ਮੈਂਬਰ ਹਨ। 2022 ਵਿੱਚ ਚੱਬੇਵਾਲ ਤੋਂ ਵਿਧਾਨ ਸਭਾ ਚੋਣਾਂ ਜਿੱਤੀ ਅਤੇ ਉਹ ਕਾਂਗਰਸ ਵਿਧਾਇਕ ਦਲ ਦੇ ਉਪ ਨੇਤਾ ਵੀ ਸਨ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਿੰਦਰ ਸਿੰਘ ਧਾਲੀਵਾਲ ਨੂੰ ਬਰਨਾਲਾ ਤੋਂ ਟਿਕਟ ਦਿੱਤੀ ਗਈ। 2022 ਵਿੱਚ ਆਪ ਦੇ ਗੁਰਮੀਤ ਸਿੰਘ ਮੀਤਹੇਅਰ ਨੇ ਇਹ ਸੀਟ ਜਿੱਤੀ ਸੀ। ਹਾਲਾਂਕਿ ਆਪ ਨੇ ਉਹਨਾਂ ਨੂੰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਅਤੇ ਉਹ ਚੋਣ ਜਿੱਤ ਗਏ। ਉਸ ਤੋਂ ਬਾਅਦ ਅਸਤੀਫੇ ਕਾਰਨ ਹੀ ਸੀਟ ਖਾਲੀ ਹੋ ਗਈ। ਇੱਥੋਂ ਦੇ ਉਮੀਦਵਾਰ ਧਾਲੀਵਾਲ ਉਹਨਾਂ ਦੇ ਕਰੀਬੀ ਦੋਸਤ ਹਨ। ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਜੀ ਮੇਰੀ ਸੀਨੀਅਰ ਲੀਡਰਸ਼ਿਪ ਦਾ, ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ, ਜੋ ਸਾਡੇ ਆਮ ਆਦਮੀ ਪਾਰਟੀ ਦੇ ਆਪਣਾ ਸੁਪਰੀਮੋ ਆ। ਉਸ ਤੋਂ ਬਾਅਦ ਸੰਦੀਪ ਪਾਠਕ ਜੀ, ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਆ। ਉਸ ਤੋਂ ਉਪਰੰਤ ਜਿਹੜੇ ਸਾਡੇ ਇੰਚਾਰਜ ਸਾਹਿਬ ਆ ਇਸ ਕੌਂਸਟੀਚੁਐਂਸੀ ਦੇ, ਸ਼੍ਰੀ ਅਮਨ ਅਰੋੜਾ ਜੀ, ਕੈਬਨਿਟ ਮਿਨਿਸਟਰ ਪੰਜਾਬ ਸਰਕਾਰ, ਫਿਰ ਸਰਦਾਰ ਦਵਿੰਦਰ ਸਿੰਘ ਦੀ ਲਾਡੀ ਢੋਸ, ਜੋ ਉਹਨਾਂ ਦੇ ਨਾਲ ਇਸ ਕੌਂਸਟੀਚੁਐਂਸੀ ਦੇ ਵਿੱਚ ਕੰਮ ਮੁਕਾਬਲੇ ਨੂੰ ਕਿਵੇਂ ਦੇਖਦੇ ਜੀ? ਬੜਾ ਉਸ ਤੋਂ ਬਾਅਦ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ ਸ਼ਾਮਲ ਕੀਤਾ। ਮੈਨੂੰ ਡਿੱਗੇ ਪਏ ਨੂੰ ਮੇਰੇ ਸਿਰ 'ਤੇ ਹੱਥ ਰੱਖਿਆ, ਮੈਨੂੰ ਹੌਂਸਲਾ ਦਿੱਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਜਿਨ੍ਹਾਂ ਦੀ ਬਦੌਲਤ ਮੈਂ ਦੁਬਾਰਾ ਹੌਂਸਲੇ 'ਚ ਆਇਆ ਅਤੇ ਮੈਂ ਇਸ ਯੋਗ ਹੋਇਆ ਕਿ ਮੈਂ ਇਲੈਕਸ਼ਨ ਲੜ ਸਕਾਂ। ਉਹਨਾਂ ਦਾ ਘੋਟਨ ਕੋਟ ਧੰਨਵਾਦ, ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ, ਜਿੰਨੇ ਵੀ ਮੇਰੇ ਇਸ ਹਲਕੇ ਦੇ ਵਰਕਰ ਸਾਹਿਬਾਨ ਆ, ਲੀਡਰ ਸਾਹਿਬਾਨ ਆ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ, ਮੇਰੀ ਸਿਫਾਰਿਸ਼ ਕੀਤੀ ਅਤੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਇੱਥੋਂ ਇਲੈਕਸ਼ਨ ਲੜ ਸਕਾਂ। ਸਾਰਿਆਂ ਦਾ ਧੰਨਵਾਦ। ਮੁਕਾਬਲੇ ਨੂੰ ਕਿਵੇਂ ਦੇਖਦੇ ਸਰ? ਮੁਕਾਬਲੇ ਦੇਖੇ ਤਾਂ ਕਾਫੀ ਵੱਡੇ ਵੱਡੇ ਲੀਡਰ ਵੀ ਆ ਰਹੇ ਆ, ਹਰੇਕ ਪਾਰਟੀ ਔਰ ਨਿਗਾਹ ਵੀ ਜ਼ਿਆਦਾਤਰ ਗਿੱਦੜਾ ਦੇਖਿਆ ਜਾ ਰਿਹਾ ਜਿਹਨੂੰ ਚੋਣ। ਦੇਖੋ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਮੈਂ ਇੱਕ ਬੜਾ ਨਿਮਾਣਾ ਜਿਹਾ ਬੰਦਾ ਜੀ। ਇਲੈਕਸ਼ਨ ਜ਼ਰੂਰ ਮੈਂ ਲੜਿਆ 2 ਵਾਰੀ, ਬਟ ਮੇਰੇ ਕੋਲ ਕੋਈ ਰੁਤਬਾ ਨਹੀਂ ਰਿਹਾ। ਜਿਹੜੇ ਮੇਰੇ ਵਿਰੋਧੀ ਆ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਦੀ। ਡਿਫਟੀ ਚੀਫ ਮਿਨਿਸਟਰ, ਸੈਂਟਰ ਦੇ ਵਜ਼ੀਰ ਰਹੇ ਆ, MP ਰਹੇ ਆ, MLA ਰਹੇ ਆ, ਪੰਜਾਬ ਦੇ ਵਿੱਚ ਰਾਜ ਕੀਤਾ, ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਆ। ਸਭ ਤੋਂ ਵੱਡੇ ਉਹ ਮੇਰੇ ਵਿਰੋਧੀ। ਨੰਬਰ 2 ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ, 2 ਵਾਰ ਦੇ ਫਾਈਨੈਂਸ ਮਿਨਿਸਟਰ, 5 ਵਾਰ ਦੇ MLA, BJP ਬਣੀ, ਉਹ ਕੰਟੈਸਟ ਮੇਰੇ ਅਗੇਂਸਟ ਕਰਨਗੇ। ਤੀਜੇ ਸਰਦਾਰ ਅਮਰਿੰਦਰ ਸਿੰਘ ਰਾਜਾਵੜੇ, 3 ਵਾਰ ਦੇ MLA, 1 ਵਾਰ ਦੇ MP, ਯੂਥ ਕਾਂਗਰਸ ਪਾਰਟੀ ਦੇ ਆਲ ਇੰਡੀਆ ਦੇ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪੰਜਾਬ ਦੇ ਪ੍ਰਧਾਨ,
ਇਹ ਸਾਰੇ ਮੇਰੇ ਵਿਰੋਧੀ ਆ ਜੀ ਤੇ ਮੈਂ ਕੌਣ ਆ ਕੱਲਾ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਆ ਲੋਕ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਇਸ ਹਲਕੇ ਦੇ ਮੇਰਾ ਪਰਿਵਾਰ ਇਹ ਆ ਸਾਡੀ ਆਹੀ ਆ ਮਤਲਬ ਕਿ ਸਾਡੀ ਐ ਸਮਝ ਲਓ ਵੀ ਸਾਡੀ ਮੈਰਿਟ ਮੇਰੀ ਇਹੀ ਆ ਪਿਛਲੇ ਦੀ ਮੁਕਾਬਲਾ ਦੇਖਿਆ ਤਾਂ ਬੜਾ ਥੋੜਾ ਜਿਹਾ ਰਹਿ ਗਿਆ ਸੀ ਜੀ ਹਾਂਜੀ ਜਿੱਤ ਤੇ ਜਮਾਂ ਸਮਝੋ ਜਮਾਂ ਹੱਥ ਲਾ ਕੇ ਵਾਪਸੀ ਹੋਈ ਹੈ ਹੁਣ ਕਿਵੇਂ ਲੱਗ ਰਿਹਾ ਜੀ ਕਿਵੇਂ ਉਹਨੂੰ ਕਰੋਗੇ ਪੂਰਾ ਜੀ ਔਰ ਤੁਸੀਂ ਜਿਵੇਂ ਲੋਕਾਂ ਚ ਵਿਚਰ ਰਹੇ ਹੋ ਕਿਸ ਤਰ੍ਹਾਂ ਦਾ ਰੁਝਾਨ ਮਿਲ ਰਿਹਾ ਉਹਦੇ ਚ ਇਹ ਸੀ ਜੀ ਕਿ ਪਿਛਲੀ ਵਾਰ ਜਿਹੜੀ ਸਾਡੀ ਕਸਰ ਰਹਿ ਗਈ ਮੇਰੇ ਵਿਰੋਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਦੋਂ ਉਸ ਟਾਈਮ ਦੇ ਕੈਬਨਿਟ ਮਿਨਿਸਟਰ ਸੀ ਪੂਰੀ ਪਾਵਰ ਸੀ ਕਾਂਗਰਸ ਪਾਰਟੀ ਦੀ ਪੂਰੀ ਚੜਾਈ ਸੀ ਪੈਸੇ ਸਰਕਾਰ ਨੇ ਬੜੇ ਵੰਡੇ ਕਿਉਂਕਿ ਬੜੇ ਫੰਡਸ ਲੈ ਕੇ ਆਏ ਸੀ ਐਕਤੀ ਫਰਕ ਸਿਰਫ ਆਹੀ ਆ ਕਿ ਸਰਕਾਰ ਮੇਰੇ ਨਾਲ ਆ ਸਰਕਾਰ ਮੇਰੇ ਨਾਲ ਆ ਉਦੋਂ ਉਹ ਕੈਬਨਿਟ ਮੰਤਰੀ ਸੀ ਹੁਣ ਕੈਬਨਿਟ ਮੰਤਰੀ ਸਾਰੇ ਮੇਰੇ ਨਾਲ ਹੋਣਗੇ ਇੱਥੇ ਸਾਡੇ ਨਾਲ ਹੋਣਗੇ ਪਲੱਸ ਲੋਕਾਂ ਦਾ ਜਿਹੜਾ ਪਿਆਰ ਸਤਿਕਾਰ ਮੇਰੇ ਨਾਲ ਜੁੜਿਆ ਹੋਇਆ ਇੱਕ ਦੂਜੇ ਤੇ ਅਸੀਂ ਨਾਲ ਵਿਚਰਦੇ ਹਾਂ ਉਹ ਮੇਰੇ ਦੁਖਦੇ ਸੁਖਦੇ ਆਉਂਦੇ ਆ ਮੈਂ ਉਹਨਾਂ ਦੇ ਜਾਣਾ ਅਸਲ ਸਾਡੀ ਉਹ ਬੌਂਡਿੰਗ ਆ ਇਹ ਸਾਰੀਆਂ ਆ ਚੀਜ਼ਾਂ ਦਾ ਸੁਮੇਲ ਹੋ ਕੇ ਮੈਂ ਪਰਮਾਤਮਾ ਤੋਂ ਡਰ ਕੇ ਤੇ ਲੋਕਾਂ ਦੇ ਆਸ਼ੀਰਵਾਦ ਕਰਕੇ ਮੈਂ ਇਹ ਬਿਆਨ ਦੇਣ ਲੱਗਿਆ ਕਿ ਇਹ ਸੀਟ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਮੇਰੀ ਗੱਲ ਯਾਦ ਰੱਖਿਓ 23 ਤਰੀਕ ਨੂੰ ਬੜੇ ਸੋਹਣੇ ਮਾਰਜਨ ਨਾਲ ਜਿੱਤ ਕੇ ਆਵਾਂਗੇ ਚਲੋ ਸਰ ਜਿਵੇਂ ਕਹਿੰਦੇ ਨੇ ਇੱਕ ਤੇ ਇੱਕ ਦੋ ਨੇ ਇੱਕ ਤੇ ਇੱਕ 11 ਹੋ ਜਾਂਦੇ ਆ ਤੁਹਾਡੀ ਵੀ ਵੋਟ ਆ ਗਈ ਹੁਣ ਆਮ ਆਦਮੀ ਪਾਰਟੀ ਦੀ ਵੋਟ ਹੈ ਲੱਗਦਾ ਵੀ 11 ਦਾ ਸਰ ਹੋਏਗਾ ਜੀ ਬਿਲਕੁਲ ਹੋਏਗਾ ਜੀ 100% ਹੋਏਗਾ ਜੀ 100% ਹੋਏਗਾ ਔਰ ਤੁਹਾਨੂੰ ਵੇਖਣ ਨੂੰ ਇਹ ਗੱਲ ਮਿਲੂਗੀ 23 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਕਿ ਹਾਂ ਜੀ ਜੋ ਡਿੰਪੀ ਨੇ ਅੱਜ 20 ਤਰੀਕ ਨੂੰ ਕਿਹਾ ਸੀ ਉਹੀ ਹੋਇਆ ਪੰਚਾਇਤੀ ਚੋਣਾਂ ਦੌਰਾਨ ਵੀ ਬੜੇ ਸਵਾਲ ਜਿਹੇ ਕਹੇ ਗਏ ਆ ਕੋਈ ਹੋਊਗਾ ਸਰ ਕੋਈ ਉਸ ਤਰ੍ਹਾਂ ਦਾ ਕੋਈ ਲੱਗ ਰਿਹਾ ਤੁਹਾਨੂੰ ਕੋਈ ਲੋਕਾਂ ਤੋਂ ਮੈਨੂੰ ਨਹੀਂ ਕੋਈ ਲੱਗ ਰਿਹਾ ਸੀ ਕਿਉਂ ਐਕਚੁਅਲੀ ਕੀ ਆ ਨਾ ਜੀ ਦੇਖੋ ਹਰ ਹਲਕੇ ਦੇ ਵਿੱਚ ਖਾਸ ਕਰਕੇ ਇੱਥੋਂ ਦੇ ਦੋ ਧੜੇ ਹੁੰਦੇ ਆ ਜੀ ਇੱਕ ਆਪਣਾ ਧੜਾ ਹੁੰਦਾ ਜੀ ਇੱਕ ਧੜਾ ਕਾਂਗਰਸ ਦਾ ਹੁੰਦਾ ਜੀ ਸਾਡਾ ਧੜਾ ਤਾਂ ਮੇਰੇ ਨਾਲ ਆਉਣਾ ਜੀ ਉਹ ਤਾਂ ਬਾਗੋ ਬਾਗ ਆਉਣਾ ਜੀ ਉਹ ਤਾਂ ਖੁਸ਼ ਆਉਣਾ ਤੇ ਮੈਂ ਤਾਂ ਉਹਨਾਂ ਨੂੰ ਖੁਸ਼ ਰੱਖਣਾ ਨਾ ਜੀ ਦੂਜਿਆਂ ਨੇ ਤਾਂ ਮੇਰੇ ਅਗੇਂਸਟ ਬੋਲਣਾ ਹੀ ਆ ਜੀ ਜਿਹਦੀ ਵਿਰੋਧ ਤਾਂ ਨਾ ਹੋਵੇ ਫਿਰ ਉਹ ਲੀਡਰ ਥੋੜ੍ਹੀ ਆ ਜੀ ਕਹਿੰਦੀ ਤਾਂ ਬੰਦੀ ਵੀ ਸੀ ਵਿਰੋਧ ਆ ਜੀ ਕਿਉਂਕਿ ਹੈ ਹੀ ਮੇਰੇ ਆਪੋਜ਼ਿਟ ਜਿੱਥੇ ਇੱਕ ਪਾਸੇ ਸੂਬੇ ਭਰ ਵਿੱਚ ਝੋਨੇ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਸੂਬੇ ਦੀਆਂ ਮੰਡੀਆਂ ਵਿੱਚ ਫਸਲ ਦੇਰੀ ਨਾਲ ਪਹੁੰਚਣ ਕਾਰਨ ਕਿਸਾਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਪਿਛਲੇ ਐਤਵਾਰ ਨੂੰ ਪੰਜਾਬ ਬੰਦ ਕੀਤਾ ਗਿਆ ਸੀ ਇਸ ਤੋਂ ਬਾਅਦ 19 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਧਾਨੀ ਦਿੱਲੀ ਦੇ ਪੰਜਾਬ ਭਵਨ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਬੈਠਕ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਵਾਇਆ ਕਿ ਉਹ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਉਹ ਖੁਦ ਖਰੀਦ ਪ੍ਰਬੰਧਾਂ ਉੱਪਰ ਨਜ਼ਰ ਰੱਖ ਰਹੇ ਹਨ ਕਿਸਾਨਾਂ ਨਾਲ ਬੈਠਕ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਕਿਸੇ ਕੀਮਤ ਉੱਤੇ ਪ੍ਰਭਾਵਿਤ ਨਹੀਂ ਹੋਣ ਦੇਵੇਗੀ ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਸੂਬਾ ਸਰਕਾਰ ਨੇ ਪਲਾਨ ਵੀ ਬਣਾ ਰੱਖਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਦੂਜੇ ਸੂਬਿਆਂ ਤੋਂ ਮਿਲਿੰਗ ਕਰਵਾਉਣ ਦਾ ਸਖ਼ਤ ਫੈਸਲਾ ਲੈਣ ਤੋਂ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ ਦੋ ਮਜ਼ਦੂਰ ਜਥੇਬੰਦੀਆਂ ਔਰ ਇੱਕ ਆੜ੍ਹਤੀ ਐਸੋਸੀਏਸ਼ਨ ਦੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲਾਲ ਚੰਦ ਕਟਾਰੂ ਚੱਕ ਜੀ ਸਾਡੇ ਫੂਡ ਮਿਨਿਸਟਰ ਸਾਹਿਬਾਨ ਦੀ ਸਾਡੇ ਸਾਰੇ ਅਧਿਕਾਰੀਗਣ ਉਸ ਮੀਟਿੰਗ ਸ਼ਾਮਿਲ ਹੋਏ ਬਹੁਤ ਅੱਛੀ ਮੀਟਿੰਗ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਨਾਲ ਹੋਈ ਆ ਕਿਉਂਕਿ ਕੁਛ ਇਸ਼ੂ ਜਿਹੜੇ ਸੀਗੇ ਜਿਹੜੇ ਜੀਰੀ ਦੀ ਪ੍ਰੋਕਿਓਰਮੈਂਟ ਨੂੰ ਲੈ ਕੇ ਝੋਨੇ ਦੀ ਜਿਹੜੀ ਖਰੀਦ ਨੂੰ ਲੈ ਕੇ ਇਸ਼ੂ ਪੈਦਾ ਹੋ ਗਏ ਸੀਗੇ ਅੱਜ ਉਹਨਾਂ ਦੇ ਸਮਾਧਾਨ ਦੀ ਜਿਹੜੀ ਗੱਲ ਆ ਉਹ ਕਿਸਾਨ ਜਥੇਬੰਦੀਆਂ ਨੇ ਰੱਖੀ ਬੜੇ ਪੋਜ਼ੀਟਿਵ ਸੁਝਾਅ ਰਾਜੇਵਾਲ ਸਾਹਿਬ ਨੇ ਲੱਖੋਵਾਲ ਸਾਹਿਬ ਨੇ ਕਾਦੀਆਂ ਸਾਹਿਬ ਨੇ ਉਹਨਾਂ ਦੇ ਹੋਰ ਸਾਥੀਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਆਪਣੇ ਸੁਝਾਅ ਰੱਖੇ ਔਰ ਮਾਨਯੋਗ ਸੀਐਮ ਸਾਹਿਬ ਨੇ ਉਹਨਾਂ ਸਾਰੇ ਸੁਝਾਵਾਂ ਨੂੰ ਬੜੇ ਪੋਜ਼ੀਟਿਵ ਢੰਗ ਦੇ ਨਾਲ ਬੜੇ ਅੱਛੇ ਢੰਗ ਦੇ ਨਾਲ ਲਿਆ ਔਰ ਮੈਂ ਸਮਝਦਾ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਸਾਰੀਆਂ ਸਮੱਸਿਆਵਾਂ ਜਿਹੜੀਆਂ ਮਾੜੀਆਂ ਮੋਟੀਆਂ ਗਰਾਊਂਡ ਲੈਵਲ 'ਤੇ ਪੈਦਾ ਹੋਈਆਂ ਕਈ ਜਗ੍ਹਾ 'ਤੇ ਬਾਰਦਾਨੇ ਦੀ ਸਮੱਸਿਆ ਆਈ ਕਈ ਜਗ੍ਹਾ 'ਤੇ ਆੜ੍ਹਤੀਆਂ 'ਚ ਲਿਫਟਿੰਗ ਦੀ ਸਮੱਸਿਆ ਆਈ ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ ਆਈ ਕਈ ਜਗ੍ਹਾ 'ਤੇ ਸ਼ੈਲਰਾਂ ਦੀ ਜਿਹੜੀ ਆ ਉਹ ਸਮੱਸਿਆ ਸਾਹਮਣੇ ਆਈ ਉਹ ਮੈਂ ਸਮਝਦਾ ਸਾਰੇ ਇਸ਼ੂ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਸਰਕਾਰ ਜਿਹੜੀ ਆ ਉਹ ਸਾਰੇ ਹੱਲ ਕਰ ਦੂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀਆਂ ਜਥੇਬੰਦੀਆਂ ਨੂੰ ਉਹਨਾਂ ਦੇ ਲੀਡਰ ਸਾਹਿਬਾਨ ਨੂੰ ਭਰੋਸਾ ਦਵਾਇਆ ਗਾ ਕਿ ਬਿਲਕੁਲ ਸਾਰਾ ਕੁਝ ਸਮੂਥਲੀ ਹੋਊਗਾ ਕੋਈ ਕਿਸੇ ਕਿਸਮ ਦਾ ਕੱਟ ਬਰਦਾਸ਼ਤ ਨਹੀਂ ਹੋਊਗਾ ਕੋਈ ਜਿਹੜੀ ਆ ਬਲੈਕਮੇਲਿੰਗ ਦੀ ਜੇਕਰ ਕੋਈ ਵਿਅਕਤੀ ਕਿਸਾਨ ਦੀ ਕਰਦਾ ਉਹ ਬਰਦਾਸ਼ਤ ਨਹੀਂ ਹੋਊਗੀ ਉਹਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਊਗਾ ਔਰ ਕਿਸਾਨ ਦਾ
किसान का दाना दाना जिहड़ा है वो सरकार खरीदूगी और खरीद के सेंटर सरकार नूं जिहड़ा असीं भेजांगे। पंजाब दीआं चार विधानसभा सीटां लई जिमनी चोणां दा ऐलान हो चुकिया है। सूबे दीआं चार विधानसभा सीटां 2024 दीआं लोक सभा चोणां तों बाद खाली हो गईआं सन, जिन्हां विच बरनाला, किदड़बाहा, चब्बेवाल अते डेरा बाबा नानक शामिल हन। हुण 13 नवंबर नूं इन्हां सीटां ते चोणां होणगीआं ते 23 नवंबर नूं नतीजे आउणगे, जिस नूं लै के सारीआं सियासी पार्टियां पब्बा भार पईआं हन। उत्थे लुधियाणा तों कांग्रेस दे सांसद मैंबर अते पंजाब कांग्रेस दे प्रधान अमरिंदर सिंह राजावड़िंग ने कहा कि आने वाले 2-3 दिनों में पंजाब दीआं जिमनी चोणां लई उम्मीदवार का ऐलान किया जा सकता है, जिस विच उन्हां अगे कहा कि विधानसभा हल्के तो बीने पत्र आ चुके हैं। उन्हां कहा कि अमृता वड़िंग पंजाब कांग्रेस के प्रधान की पत्नी है, वह सीधे तौर पर अर्जी नहीं दे सकते, वह चोण लड़नगे या नहीं यह फैसला हाईकमांड वालों लिया जाएगा। हाँ, मेरा ख्याल तकरीबन 2-3 दिन उम्मीदवार फाइनलाइज करके हाईकमांड की है। चारों सीटा कैंडीडेट आए थे, देखो 8-10 कैंडीडेट हम गिनती नहीं है, 12-15 कैंडीडेट सी को चब्बेवाल तो और 7-8 कैंडीडेट सा बरनाला तो है, गिदड़बा तो 1-2 कैंडीडेट है, अमृता तो प्रधान की घर वाली कोई अपने आप कैंडीडेट थोड़ी बन सकती है, सो वो प्रधान ही प्रधान है। चोन का फैसला राहुल गांधी ते श्री खड़गे साहब का फैसला होगा हाईकमांड का, सो जो होगा पता लग जूगा। की पंजाब इकाई अमृता वड़िंग का नाम उपर रिकमेंड करके भेजेगी? अजे तक ऐसी कोई गल नहीं है रिकमेंड वाली या किसी ने, फैसला हाईकमांड ने करना है, जो भी फैसला होगा चारे दया चारे सीटा ते मीटिंग पंजाब दीआं लगभग 25 किसान जथेबंदियां, जिन्हां विच 2 मजदूर जथेबंदियां और एक आढ़ती एसोसीएशन दी जिहड़ी जथेबंदी आ, उन्हां दे नाल मानयोग मुख्यमंत्री साहब सरदार भगवंत सिंह मान जी दी, लालचंद कटारू चक जी, साडे फूड मिनिस्टर साहबान दी, साडे सारे अधिकारीगण उस मीटिंग शामिल होए। बहुत अच्छी मीटिंग जिहड़ी अज किसान जथेबंदियां नाल होई आ, क्योंकि कुछ इशू जिहड़े सीगे जिहड़े जीरी दी प्रोक्योरमेंट नूं लै के झोने दी जिहड़ी खरीद नूं लै के इशू पैदा हो गए सीगे, अज उहनां दे समाधान दी जिहड़ी गल आ उह किसान जथेबंदियां ने रखी। बड़े पॉजिटिव सुझाव राजेवाल साहब ने, लखवाल साहब ने, कादियां साहब ने, उन्होंने होर साथियों ने बड़े अच्छे तरीके दे नाल अपने सुझाव रखे और मानयोग सीएम साहब ने उन्हां सारे सुझावों नूं बड़े पॉजिटिव ढंग दे नाल बड़े अच्छे ढंग दे नाल लिया, और मैं समझना 1-2 दिनों के अंदर सारिया समस्यावां जिहड़ियां बड़ियां मोटियां ग्राउंड लैवल ते पैदा होईयां, कई जगह ते बारदाने की समस्या आई, कई जगह ते आड़तियां च लिफ्टिंग की समस्या आई, मंडिया च लिफ्टिंग की समस्या आई, कई जगह से शैलरां की जिहड़ी आ उह समस्या सामने आई, वह मैं समझदा सारे इशू 2-3 दिनों के अंदर अंदर सरकार जिहड़ी आ उह सारे हल कर दू। मानयोग मुख्यमंत्री साहब ने सारिया जथेबंदियों उन्हां दे लीडर साहबान नूं भरोसा दवाया गा कि बिल्कुल सारा कुछ स्मूथली होगा, कोई किसी किस्म का कट बर्दाश्त नहीं होगा, कोई जिहड़ी आ ब्लैकमेलिंग दी जेकर कोई व्यक्ति किसान की करता वो बर्दाश्त नहीं होगी, उसके खिलाफ सख्त एक्शन लिया जाएगा और किसान दा दाना दाना जिहड़ा हैगा वो सरकार खरीदूगी और खरीद के सेंटर सरकार नूं जिहड़ा असीं भेजांगे, क्योंकि वे जिहड़ा जिहड़ी समस्या आई सी कि चावल पैंडिंग पिया सी सेंटर सरकार ने नहीं चक रहे सीगे, वो सारे दी लिफ्टिंग जिहड़ी आ सेंटर सरकार ने स्टार्ट की आ, दे बारे मेरे साथी लालचंद कटारू चक जी ने पहला ही तुहानूं डिटेल च दस्या गा कि किन्नी लिफ्टिंग जिहड़ी आ वो हो चुकी आ और लगातार लिफ्टिंग हो रही आ, और स्पेस जिहड़ी आउण वाली इस झोने की जिहड़ा चावल पैदा होगा वो जिहड़ी स्पेस आ वो अच्छी स्पेस जिहड़ी आ हुण तक बन चुकी आ, और उहदे लई मैं समझदा ना किसान की समस्या होगी, ना आड़ती की समस्या होगी, ना शैलर मालक की समस्या होगी, जेकर कोई समस्या होगी तो असीं हुण बैठ के हल कर लवांगे। बहुत ही अच्छे ढंग नाल मीटिंग जिहड़ी आ होई आ। इक प्लान बी दा जिक्र कीता गया कि जेकर इत्थों दे राइस मिलर नहीं मानदे तां अदर स्टेट दा भी सहारा लिया जांदा। नहीं, देखो गल इह आ जेकर कोई सख्त कदम लैणे पै किसे भी किस्म दे, देखो असीं किसान दे नाल डट के खड़े आ, किसान दा झोना झोने दा इक दाणा चक्कांगे, जेकर उहदे विच किते कोई अड़चण आउंदी होऊ चाहे उह केंद्र सरकार आ जां कोई होर आ, उहदे लई जिहड़ा भी सख्त कदम उठाउणा पिया सरकार बिल्कुल तैयार आ। प्लान बी किस तरीके दा रहेगा?
बिल्कुल मैं क्या जिहड़ा भी सख्त कदम सानू उठाउणा पिया सरकार नू उह उठावांगे, किसान दा झोना झोना चक्कांगे। बहुत बहुत धन्यवाद।